ਕਾਪਟੀ ਦੇ ਨਗਰ ਦਦੇਹ ਸਾਹਿਬ ਤੋਂ ਸਾਡੇ ਗਦਰੀ ਬਾਬੇ ਬਾਬਾ ਵਿਸਾਖਾ ਸਿੰਘ ਜੀ ਉਹਨਾਂ ਦੇ ਦਰਬਾਰ ਤੋਂ ਕੈਮਰੇ ਲਾ ਕੇ ਪੂਰੇ ਹਲਕੇ ਦੇ ਵਿੱਚ ਅਸੀਂ ਕੈਮਰੇ ਲਾਉਣ ਦੀ ਸ਼ੁਰੂਆਤ ਕੀਤੀ ਆ ਤੇ ਪੂਰੇ ਹਲਕੇ ਨੂੰ ਕਵਰ ਕਰਾਂਗੇ ਕੈਮਰਿਆਂ 'ਚ ਤੇ 90% ਜਿਹੜੀਆਂ ਵਾਰਦਾਤਾਂ ਹੁੰਦੀਆਂ ਲੁੱਟਾਂ ਖੋਹਾਂਦੀਆਂ ਕਤਲ ਹੁੰਦੇ ਡਕੈਤੀਆਂ ਉਹ ਸਾਰੇ ਬੰਦ ਹੋ ਜਾਣਗੇ ਕਿਉਂਕਿ ਕੈਮਰਾ ਇੱਕ ਇਹੋ ਜੀ ਆਖਿਆ ਆਪਾਂ ਤੇ ਸੌ ਜਾਗੇ ਇਹਨੇ 24 ਘੰਟੇ ਨਿਗਰਾਨੀ ਕਰਨੀ ਆ ਕਵਰੇਜ ਕਰਨੀ ਆ ਤੇ ਮੈਂ ਪੂਰੇ ਆਪਣੇ ਹਲਕਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਜਿੱਥੇ ਮੇਨ ਚੌਂਕ ਨੇ ਮੇਨ ਚ ਰਸਤੇ ਨੇ ਉੱਥੇ ਉੱਥੇ ਕੈਮਰੇ ਲਵਾ ਕੇ ਆਪਾਂ ਪੱਟੀ ਹਲਕੇ ਨੂੰ ਪੰਜਾਬ ਨੂੰ ਬਚਾਉਣ ਦੇ ਵਿੱਚ ਪੱਟੀ ਹਲਕੇ ਤੋਂ ਸ਼ੁਰੂਆਤ ਜਿਹੜੀ ਕੀਤੀ ਹੈ ਇਹਦੇ 'ਚ ਮੋਹਰੀ ਰੋਲ ਨਿਭਾਈ।